ਇਹ ਮਾੜਾ ਵਾ ਪਰ ਵੀਰੋ ਮੈਂ ਅੱਜ ਵੇਖ ਕੇ ਮੇਰਾ ਮਨ ਰੋ ਪਿਆ ਅੰਦਰੋਂ ਮੈਂ ਮਾੜਾ ਨਹੀਂ ਤੁਸੀਂ ਮੇਰੇ ਨਾਲ ਦੇ ਸਾਰੇ ਦੇਖਾ ਕੇ ਮੁੱਖਾ ਦੋ ਓ ਸ੍ਰੀ ਅਕਾਲ ਸ੍ਰੀ ਅਕਾਲ ਕੋਈ ਮਾੜਾ ਨਹੀਂ ਹੁੰਦਾ ਇੱਕ ਟਿਕ ਇੱਕ ਟਿਕਟ ਦਿੱਤੀ ਆ ਕਾਂਗਰਸ ਪਾਰਟੀ ਨੇ ਤੇ ਤੁਹਾਡੀ ਇਸ ਉਮਰ ਦੇ ਵਿੱਚ ਬੜਾ ਜੋਸ਼ ਹੈ ਤੁਸੀਂ ਜਿਹਨੂੰ ਮਰਜ਼ੀ ਬਿਠਾ ਸਕਦੇ ਜੇ ਕੁਰਸੀ ਤੇ ਤੇ ਜਿਹਨੂੰ ਮਰਜ਼ੀ ਲਾ ਸਕਦੇ ਜੇ ਇਹ ਤੁਹਾਡੇ ਕੋਲ ਪਾਵਰ ਆ ਵੀਰੋ ਮੈਂ ਹੱਥ ਜੋੜ ਬੇਨਤੀ ਕਰਦਾ ਵਾਂ ਜੇ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਆ ਤੇ ਮੇਰਾ ਸਾਥ ਦਿਓ ਵੀਰੋ ਇਹ ਨਾ ਕਹਿਣ ਵੀ ਮਾੜਾ ਬੰਦਾ ਹੀ ਹਰ ਗਿਆ ਇਹ ਤੁਹਾਡੇ ਕੋਲ ਪਾਵਰ ਜੇ ਪਰ ਇਹ ਤੁਹਾਡਾ ਬੱਚਾ ਇਹ ਪੁੱਤਰ ਤੁਹਾਡਾ ਕਦੇ ਵਿਸ਼ਵਾਸਘਾਤ ਨਹੀਂ ਕਰੂਗਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਤੇ ਤੁਹਾਡਾ ਮੈਂ ਵਾਅਦਾ ਕਰਦਾ ਵਾਂ ਕਿ ਤੀਜੀ ਇਲੈਕਸ਼ਨ ਆਈ ਤੇ ਹਰਗੇ ਦੀ ਇਹ ਇੱਕ ਵੱਖਰੀ ਨਹਾਰ ਬਦਲ ਕੇ ਦਊਂਗਾ ਤੁਹਾਨੂੰ ਇਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਵਾਂ ਸ੍ਰੀ ਅਕਾਲ ਸੋ ਵੀਰੋ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਪਿਛਲੇ ਸਮੇਂ ਦੇ ਵਿੱਚ ਬਹੁਤ ਕੁਝ ਹੋਇਆ ਵਾ ਮੈਂ ਹਰ ਸਰਪੰਚ ਨੂੰ ਮਿਲਿਆ ਵਾ ਹਰ ਘਰ ਦੇ ਵਿੱਚ ਮਿਲਿਆ ਵਾ ਉਹਨਾਂ ਮੇਰੇ ਨਾਲ ਹਰ ਵਾਰੀ ਇਹੋ ਗੱਲ ਕੀਤੀ ਆ ਕਿਤੇ ਤੂੰ ਵੀ ਉਹਦੇ ਵਾਲੀ ਨਾ ਕਰੀ ਨਹੀਂ ਉਹ ਭਰਾਵੋ ਮੈਂ ਤੇ ਇੰਨੇ ਜੋਗਾ ਨਹੀਂ ਉਹ ਮੈਨੂੰ ਕਹਿੰਦਾ ਸੀ ਤੇਰੇ ਕੋਲ ਕਰੋੜ ਰੁਪਇਆ ਹੈਗਾ ਕੋਈ ਉਹ ਕੋਈ ਕਹਿੰਦਾ 2 ਕਰੋੜ ਹੈਗਾ ਵਾ ਮੇਰੇ ਕੋਲ ਨਾ ਦੇ ਲੱਖ ਰੁਪਇਆ ਲੈ ਭਰਾਵੋ ਸਿਰਫ ਕਾਂਗਰਸ ਪਾਰਟੀ ਦਾ ਵਰਕਰ ਤੇ ਉਸ ਪ੍ਰਮਾਤਮਾ ਦੀ ਕਿਰਪਾ ਹੋਈ ਮੇਰੇ ਭਰਾ ਨੇ ਮੇਰੇ ਸਰਪੰਚਾਂ ਨੇ ਮੇਰਾ ਸਾਥ ਦਿੱਤਾ ਹੁਣ ਤੁਸੀਂ ਮੇਰੇ ਨਾਲ ਕਰਕੇ ਵਿਖਾਉਣਾ ਵਾ ਕਿ ਪੈਸੇ ਦਾ ਮੁੱਲ ਨਹੀਂ ਕੋਈ ਪੈਸੇ ਦਾ ਮੁੱਲ ਨਹੀਂ ਕੋਈ ਜ਼ਮੀਰਾਂ ਵਾਲਿਆਂ ਦਾ ਮੁੱਲ ਵਾ ਭਰਾਵਾਂ ਦਾ ਮੁੱਲ ਵਾ ਮੇਰੇ ਪਿਓਾਂ ਦਾ ਮੁੱਲ ਵਾ ਮੇਰੇ ਮਾਵਾਂ ਦਾ ਮੁੱਲ ਵਾ ਮੇਰੀਆਂ ਭੈਣਾਂ ਦਾ ਮੁੱਲ ਵਾ ਉਹ ਤੁਸੀਂ ਕਰਕੇ ਵਿਖਾਉਣਾ ਵਾ ਇੱਕ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸ ਪਾਰਟੀ ਨੇ ਇੱਕ ਵਰਕਰ ਨੂੰ ਟਿਕਟ ਦੇ ਕੇ ਦੱਸਿਆ ਵਾ ਤੇ ਉਹ ਤੁਸੀਂ ਹੁਣ ਇਹਨਾਂ ਦੇ ਪੋਲ ਪਕਾਉਣੇ ਆ ਤੇ ਅਸੀਂ ਮੰਦੀ